ਇਹ ਜਿਹੜਾ ਬੋਰਡ ਲੱਗਿਆ ਦੇਖੋ ਜੀ, ਆਈ ਲਵ ਚਿਤਕੁਲ ਬਸਪਾ ਰਿਵਰ ਕੈਂਪ। ਇਹ ਨਾ ਰਿਵਰ ਸਾਈਡ 'ਤੇ ਜਾਣਾ ਜਦੋਂ, ਤਾਂ ਇੱਥੋਂ ਇਹ ਵੇ ਤੋਂ ਜਾਣਾ ਪੈਂਦਾ। ਇੱਥੋਂ ਤੁਹਾਡੀਆਂ ਗੱਡੀਆਂ ਨੀਚੇ ਉਤਰਨਗੀਆਂ, ਸਲੋਪ ਹੈ ਕਾਫੀ। ਉਹ ਸਲੋਪ 'ਤੇ ਜਾ ਕੇ ਤੁਸੀਂ ਫਿਰ ਸਿੱਧਾ ਨੀਚੇ ਰਿਵਰ 'ਤੇ ਪਹੁੰਚ ਜਾਂਦੇ। ਉੱਥੇ ਤੁਸੀਂ ਕੈਂਪਿੰਗ ਕਰ ਸਕਦੇ ਹੋ, ਕੈਂਪਿੰਗ ਟੈਂਟ ਵਗੈਰਾ ਲੱਗੇ ਹੋਏ ਨੇ। ਬਾਕੀ ਹੋਸਟਲ ਵਗੈਰਾ ਇੱਥੇ ਹੈਗੇ ਨੇ, ਹੋਟਲ ਵਗੈਰਾ, ਹੋਮ ਸਟੇ ਵਗੈਰਾ ਤੁਹਾਨੂੰ ਸਾਰੇ ਇੱਥੇ ਮਿਲਦੇ ਨੇ। ਢਾਬੇ ਵਗੈਰਾ ਹੈਗੇ ਨੇ ਇੱਥੇ, ਲਾਸਟ ਢਾਬਾ ਵੀ ਇੱਥੇ ਹੀ ਹੈ। ਅਤੇ ਇਹ ਇਹਨਾਂ ਦਾ ਪਾਣੀ ਦਾ ਸੋਰਸ ਆ ਦੇਖੋ, ਇੱਦਾਂ ਦੇ ਨਾਲੇ ਨੇ ਉਰੇ। ਇਹ ਨੈਚੁਰਲ ਪਾਣੀ ਹੈ, ਬਹੁਤ ਸਾਫ਼ ਪਾਣੀ ਹੈ, ਗਲੇਸ਼ੀਅਰਾਂ ਤੋਂ ਆ ਰਿਹਾ। ਇੱਦਾਂ ਦਾ ਪਾਣੀ ਇਹ ਉਰੇ ਯੂਜ਼ ਹੁੰਦਾ। ਆਪਾਂ ਹੁਣ ਇੱਕ ਪਿੰਡ ਦਾ ਟੂਰ ਕਰਦੇ ਹਾਂ, ਚਿਤਕੁਲ ਪਿੰਡ ਦਾ। ਦੇਖੋ ਇੱਥੇ ਕਿੰਨੀਆਂ ਲੱਕੜਾਂ ਨੇ, ਇਹ ਸਰਦੀਆਂ ਦੇ ਲਈ ਪਹਿਲਾਂ ਹੀ ਸੁਕਾ ਕੇ ਰੱਖਦੇ ਨੇ, ਇਹ ਸਟੋਰ ਕਰਦੇ ਨੇ, ਇਹ ਜਿਹੜੀਆਂ ਸਰਦੀ 'ਚ ਕੰਮ ਆਉਂਦੀਆਂ ਨੇ ਸਾਰੀਆਂ ਲੱਕੜਾਂ, ਫਿਰ ਇਹਨੂੰ ਬਾਲਣ ਦੇ ਲਈ। ਛੋਟੇ ਛੋਟੇ ਘਰ ਨੇ ਇੱਥੇ। ਪੀਣੇ ਕੇ ਲਈ ਯਹੀ ਪਾਣੀ ਯੂਜ਼ ਹੋਤਾ ਹੈ, ਅਲੱਗ ਸੇ ਆ ਰਹਾ ਹੈ, ਪਾਈਪ ਸੇ ਆ ਰਹਾ ਹੈ? ਓਕੇ ਓਕੇ। ਇਹ ਜਿਹੜਾ ਪਾਣੀ ਹੈ ਜੀ, ਇਹ ਪੀਣ ਲਈ ਕਹਿੰਦੇ ਅਸੀਂ ਨਹੀਂ ਯੂਜ਼ ਕਰਦੇ, ਪਾਈਪ ਤੋਂ ਆਉਂਦਾ, ਗਲੇਸ਼ੀਅਰ ਤੋਂ ਇਹ ਪਾਣੀ। ਇਹ ਜਿਵੇਂ ਕੋਈ ਭਾਂਡੇ ਭੁੰਡੇ ਧੋਣੇ ਆ ਜਾਂ ਕੋਈ ਹੋਰ ਜਾਨਵਰਾਂ ਲਈ, ਹੋਰ ਵਾਸ਼ਿੰਗ ਵਗੈਰਾ ਲਈ ਯੂਜ਼ ਹੁੰਦਾ ਇਹ ਪਾਣੀ। ਦੇਖੋ ਛੋਟੇ ਛੋਟੇ ਘਰ ਨੇ ਇਹ, ਲੱਕੜਾਂ ਦੇ ਬਣੇ ਹੋਏ। ਇਹ ਦੇਖੋ ਸਾਡੇ ਨਾਲ ਉਹ ਜਵਾਕ ਥੱਕ ਗਿਆ, ਉਹਨੂੰ ਸਲੋਪ ਹੈ, ਚੱਕ ਕੇ ਲਿਆਉਣਾ ਪੈ ਰਿਹਾ। ਇਹ ਤਾਂ ਭਾਅ ਜੀ ਤੁਹਾਨੂੰ ਹੋਰ ਥਕਾ ਦੂਗਾ ਛੇਤੀ, ਆਪ ਤਾਂ ਥੱਕੇ ਗਿਆ ਇਹ। ਇਹ ਗੇੜੀ ਲੂਟ ਰੱਖ ਰਿਹਾ ਜੀ ਪਿੰਡ ਦਾ, ਚਿਤਕੁਲ ਪਿੰਡ ਦਾ। ਇਹ ਦੇਖੋ ਨਾ, ਇਹ ਨਾ ਬਾਸਕਿਟਬਾਲ ਦਾ ਗਰਾਊਂਡ ਆ ਦੇਖੋ ਇੱਥੇ ਬਣਿਆ ਹੋਇਆ। ਇਹ ਬਾਸਕਿਟਬਾਲ ਦਾ ਗਰਾਊਂਡ ਆ ਇੱਥੇ ਪਿੰਡ ਦੇ ਵਿੱਚ ਬਣਿਆ ਹੋਇਆ, ਚਾਰੇ ਪਾਸੋਂ ਫੈਂਸਿੰਗ ਕਰਕੇ ਬਣਾਇਆ ਹੋਇਆ ਇਹਨਾਂ ਨੇ। ਅਤੇ ਸ਼ਾਮ ਨੂੰ ਖੇਡਦੇ ਹੋਣਗੇ ਬੱਚੇ ਇੱਥੇ ਬਾਸਕਿਟਬਾਲ। ਦੇਖੋ ਕਾਫੀ ਚੀਜ਼ਾਂ ਇੱਥੇ ਸੋਲਰ 'ਤੇ ਚੱਲਣ ਵਾਲੀਆਂ, ਜਿਵੇਂ ਲਾਈਟਿੰਗ ਵਗੈਰਾ ਸੋਲਰ 'ਤੇ ਚੱਲਣ ਵਾਲੀਆਂ ਰੱਖਦੇ ਨੇ ਪਿੰਡ ਦੇ ਲੋਕ, ਰੂਟੀਨ ਦੇ ਕੰਮ ਕਰ ਰਹੇ ਨੇ ਆਪਣੇ। ਸਾਹ ਚੜ੍ਹਦਾ ਜਦੋਂ ਇੱਥੇ ਉੱਪਰ ਚੜ੍ਹਦੇ ਆਪਾਂ, ਹਾਈਟ 'ਤੇ ਆ ਨਾ, ਸਾਹ ਫੁੱਲਦਾ। ਇੱਦਾਂ ਦੇ ਨਾ ਛੋਟੇ ਛੋਟੇ ਹੱਟ ਬਣਾਈਆਂ ਹੋਈਆਂ ਇਹਨਾਂ ਨੇ, ਜਿਹਦੇ ਵਿੱਚ ਇਹਨਾਂ ਨੇ ਘਾਹ ਫੂਸ ਰੱਖਿਆ ਹੋਇਆ ਸੁਕਾ ਕੇ। ਮੈਨੂੰ ਲੱਗਦਾ ਸਰਦੀਆਂ ਲਈ ਹੈ ਸ਼ਾਇਦ ਇਹ, ਜਿਵੇਂ ਆਪਣੇ ਗੁਹਾਰੇ ਹੁੰਦੇ ਨੇ ਉੱਦਾਂ ਹੀ ਇਹਨਾਂ ਨੇ ਇੱਥੇ ਇਹ ਤਕਰੀਬਨ ਹਰ ਘਰ ਦਾ ਬਣਾਇਆ ਹੋਇਆ ਇੱਕ ਪੁਆਇੰਟ ਹੈਗਾ ਘਰ ਦੇ ਨੇੜੇ ਹੀ। ਇੱਦਾਂ ਦੇ ਇਹ ਪੁਆਇੰਟ ਇੱਥੇ ਤੁਹਾਨੂੰ ਆਮ ਮਿਲਦੇ ਆ। ਦੇਖੋ ਪੂਰਾ ਰੋਡ ਸਲੋਪ ਵਾਲਾ ਹੈ। ਪੁਜਾਰੀ ਦੇ ਰਹਿਣ ਲਈ ਵੀ ਇੱਥੇ ਜਗ੍ਹਾ ਬਣੀ ਹੋਈ ਹੈ, ਕੋਈ ਇਹਨਾਂ ਦਾ ਪ੍ਰਾਚੀਨ ਮੰਦਿਰ ਲੱਗਦਾ ਇਹਨਾਂ ਦਾ ਆਪਣਾ ਇੱਥੇ। ਆਹ ਸ਼ੈੱਡ ਜਿਹਾ ਵੀ ਬਣਾਇਆ ਹੋਇਆ ਛੋਟਾ ਜਿਹਾ ਇਹਨਾਂ ਨੇ ਇੱਥੇ। ਆਹ ਦੇਖੋ ਪੁਜਾਰੀ ਸਨਾਨ ਘਰ ਹੈ ਨਾ। ਆਹ ਜਿਹੜਾ ਪਾਣੀ ਆ ਰਿਹਾ ਨਾ ਦੇਖੋ, ਆਹ ਪਾਈਪ 'ਚੋਂ ਇਹ ਪਾਣੀ ਇਹ ਡਰਿੰਕਿੰਗ ਵਾਟਰ ਲਈ ਯੂਜ਼ ਕਰਦੇ ਨੇ, ਇਹ ਥਾਂ ਥਾਂ ਨੇ ਇੱਥੇ ਪਾਣੀ। ਹਾਂ ਇਹ ਪੀਣ ਵਾਲਾ ਪਾਣੀ ਹੈ ਇਹ। ਇਸ ਤਰਫ ਵੀ ਇੱਕ ਮੰਦਰ ਹੈ ਇਹਨਾਂ ਦਾ। ਹਾਂ ਇਸ ਤਰਫ ਵੀ ਇਹਨਾਂ ਦਾ ਮੰਦਰ ਹੈ ਦੇਖੋ ਇੱਕ, ਇਹ ਦੇਖੋ। ਕਾਰੀਗਰੀ ਦੇਖੋ ਜੀ ਮੰਦਰ ਦੇ ਗੇਟ 'ਤੇ ਤੁਸੀਂ, ਇਹ ਸੋਹਣੀ ਮੀਨਾਕਾਰੀ ਕੀਤੀ ਹੋਈ ਹੈ। ਕੌਣ ਸਾ ਮੰਦਰ ਹੈ ਜੀ ਜੇ? ਮਾਤਾ ਕਾ ਮੰਦਰ ਹੈ, ਇਹ ਮਾਤਾ ਦਾ ਮੰਦਰ ਹੈ ਜੀ। ਕੌਣ ਸੀ ਮਾਤਾ ਕਾ ਹੈ? ਮਾਤਾ ਦੇਵੀ ਕਾ। ਇਹ ਗਾਓਂ ਕਾ ਕੁਲ ਦੇਵੀ ਕਾ ਮੰਦਰ ਹੈਗਾ। ਓਕੇ, ਇਹ ਕਿਆ ਬੋਲਤੇ ਹੈ ਭਾਸ਼ਾ? ਮਾਥੀ। ਓਕੇ, ਇਹਨਾਂ ਦੀ ਭਾਸ਼ਾ 'ਚ ਮਾਥੀ ਬੋਲਦੇ ਨੇ ਜੀ। ਇਹਨਾਂ ਦਾ ਮੰਦਰ ਹੈ ਇੱਥੇ ਕੁਲ ਦੇਵੀ ਦਾ। ਇੱਥੋਂ ਪਹਾੜਾਂ ਦਾ ਵਿਊ ਬਹੁਤ ਸੋਹਣਾ ਜੀ। ਦੇਖੋ ਹਾਈਟ ਵਾਲੇ ਪਹਾੜਾਂ 'ਤੇ ਨਾ ਤੁਹਾਨੂੰ ਸਨੋਅ ਦਿਖ ਜਾਏਗੀ, ਦੇਖੋ ਪਈ ਹੋਈ। ਜਿੰਨੇ ਹਾਈਟ ਵਾਲੇ ਪਹਾੜ ਨੇ ਇਹਨਾਂ ਦੇ ਸਨੋਅ ਹਾਲੇ ਵੀ ਹੈਗੇ, ਮੈਲਟ ਨਹੀਂ ਹੋਈ। ਇੱਕ ਜਿਹੜਾ ਆਪਣੇ ਕੋਲ ਇੱਕ ਮਾਊਂਟੇਨ ਦਿਖਦਾ ਸੀਗਾ ਉੱਥੋਂ ਕੈਂਪ ਤੋਂ,
ਉੱਥੇ ਨਵੀਂ ਨਵੀਂ ਤਾਜ਼ਾ ਤਾਜ਼ਾ ਸਨੋ ਪਈ ਆ ਅਸੀਂ ਤਾਂ ਰਾਤ ਇੰਨੀ ਜ਼ਿਆਦਾ ਠੰਡ ਸੀਗੀ ਉੱਥੇ ਕੱਲ੍ਹ ਜਦੋਂ ਆਪਾਂ ਆਏ ਸੀ ਉਦੋਂ ਘੱਟ ਸੀਗੀ ਅੱਜ ਮੋਰਨਿੰਗ ਜਦ ਦੇਖੀ ਆ ਉੱਥੇ ਅਸੀਂ ਚਾਹ ਵਾਲਿਆਂ ਨਾਲ ਗੱਲ ਕਰੀ ਉਹ ਉਹਨਾਂ ਨੇ ਦੱਸਿਆ ਸਾਨੂੰ ਕਹਿੰਦੇ ਵੀ ਇੱਥੇ ਰਾਤ ਵੇਲੇ ਤਾਂ ਹਮੇਸ਼ਾ ਮਾਈਨਸ 'ਚ ਹੀ ਹੁੰਦਾ ਟੈਂਪਰੇਚਰ ਇਸ ਕਰਕੇ ਰਾਤ ਨੂੰ ਸਾਨੂੰ ਵੀ ਠੰਡ ਬਹੁਤ ਲੱਗੀ ਹੈ ਇੱਥੇ ਆਹ ਦੇਖੋ ਆਲੇ ਦੁਆਲੇ ਜਿੰਨੀਆਂ ਪਹਾੜੀਆਂ ਨੇ ਸਨੋ ਨਾਲ ਲੱਦੀਆਂ ਹੋਈਆਂ ਨੇ ਅੱਛਾ ਗਰਮੀ ਮੇਂ ਵੀ ਇਹੀ ਲੱਕੜੀ ਕੰਮ ਆਤੀ ਹੈ ਵਿੰਟਰ ਮੇਂ ਤਾਂ ਬਹੁਤ ਸਨੋ ਹੋਗੀ ਜਾਂ ਰੋਡ ਪੂਰਾ ਬੰਦ ਹੋ ਜਾਂਦੇ ਹੋਗੇ ਟਫ ਹੈ ਲਾਈਫ ਆਪ ਲੋਕ ਕੀ ਜਹਾਂ ਪੇ ਬਹੁਤ ਪਿੰਡ ਦੀਆਂ ਭੀੜੀਆਂ ਭੀੜੀਆਂ ਗਲੀਆਂ ਨੇ ਵਿੱਚੋਂ ਵਿੱਚ ਪਿੰਡ ਦੇ ਘਰ ਨੇ ਦੇਖੋ ਇਹ ਇਹਨਾਂ ਦੇ ਘਰ ਦੇ ਬਾਹਰ ਬਾਉਂਡਰੀ ਹੈ ਮੋਸਟਲੀ ਸੋਲਰ ਲੱਗੇ ਹੋਏ ਨੇ ਇੱਥੇ ਇਹ ਦੇਖੋ ਇਹ ਬਾਉਂਡਰੀਜ਼ ਨੇ ਇਹਨਾਂ ਦੀਆਂ ਇੱਥੇ ਮੈਨੂੰ ਲੱਗਦਾ ਇਹ ਆਪਣੇ ਪਸ਼ੂ ਛੱਡਦੇ ਹੋਣਗੇ ਨਹੀਂ ਜੀ ਖੇਤੀ ਕਰੀ ਹੋਈ ਹੈ ਦੇਖੋ ਗਾਰਡਨਿੰਗ ਕਰੀ ਹੋਈ ਹੈ ਇੱਥੇ ਲੱਕੜੀ ਲੱਕੜ ਸਟੋਰ ਕਰੀ ਹੋਈ ਹੈ ਇੱਦਾਂ ਦੀਆਂ ਨਾਲੀਆਂ ਪਿੰਡ 'ਚ ਸਾਰੇ ਕਿਤੇ ਨੇ ਪਾਣੀ ਚੱਲਦਾ ਵਾਟਰ ਸਟ੍ਰੀਮਸ ਨੇ ਸਾਰੀਆਂ ਛੋਟੀਆਂ ਛੋਟੀਆਂ ਛੋਟੇ ਛੋਟੇ ਆਹ ਕੋਈ ਸ਼ਾਹੂਕਾਰ ਹੋਊਗਾ ਕੋਈ ਵਧੀਆ ਹੋ ਗਿਆ ਤਾਂ ਘਰ ਥੋੜ੍ਹਾ ਜਿਹਾ ਜ਼ਿਆਦਾ ਵਧੀਆ ਪੱਕਾ ਬਣਾਇਆ ਹੋਇਆ ਪਿੰਡ ਦੇ ਵਿੱਚ ਬਾਕੀ ਸਾਰੇ ਲੱਕੜ ਦੇ ਘਰ ਨੇ ਡਿਸ਼ ਇੱਥੇ ਸਾਰੇ ਘਰਾਂ 'ਚ ਆ ਅੱਛਾ ਇੱਕ ਚੀਜ਼ ਹੋਰ ਇਹ ਪਿੰਡ 'ਚ ਬਹੁਤ ਸੋਹਣੀ ਹੈ ਇੱਥੇ ਲਾਈਟਿੰਗ ਹਰ ਮੋੜ 'ਤੇ ਲਾਈਟਿੰਗ ਆ ਸੋਲਰ ਪੈਨਲ ਨਾਲ ਚੱਲਦੀਆਂ ਹੋਈਆਂ ਲਾਈਟਿੰਗ ਹੈ ਪਿੰਡ 'ਚ ਪੂਰੇ 'ਚ ਇਹ ਨੀਚੇ ਸਾਰੇ ਜਾਨਵਰਾਂ ਵਾਸਤੇ ਨੇ ਅਤੇ ਉੱਪਰ ਚਾਰਾ ਚੂਰਾ ਸਟੋਰ ਕੀਤਾ ਹੋਇਆ ਅਤੇ ਨਾਲ ਹੀ ਇਹਨਾਂ ਦੇ ਘਰ ਨੇ ਸ਼ਾਂਤੀ ਹੈ ਪਿੰਡ 'ਚ ਬਿਲਕੁਲ ਸ਼ਾਂਤੀ ਪਿੰਡ ਡ੍ਰੌਪ ਸਾਇਲੈਂਸ ਹੈ ਟੋਟਲੀ ਬੁੱਢਾ ਦੇਖੋ ਛੋਟੇ ਛੋਟੇ ਜਿੰਨੇ ਵੀ ਹੈਗੇ ਨੇ ਸਾਰਿਆਂ 'ਚ ਚਾਰਾ ਵਗੈਰਾ ਸਟੋਰ ਕੀਤਾ ਹੋਇਆ ਇਹ ਕੁਕਿੰਗ ਹੋ ਰਹੀ ਹੈ ਦੇਖੋ ਇੱਥੇ ਇਹ ਕੁਕਿੰਗ ਹੋ ਰਹੀ ਹੈ ਕੁਛ ਬਣ ਰਿਹਾ ਇੱਥੇ ਦੇਖੋ ਕੋਈ ਚੀਜ਼ ਬਣ ਰਹੀ ਹੈ ਹਾਂ ਹਾਂ ਹਵਾ ਲਈ ਕੀਤਾ ਹੋਇਆ ਕਿਉਂਕਿ ਹਵਾ ਇੱਥੇ ਆਪਾਂ ਰਾਤ ਰਹੀ ਹਾਂ ਇਹ ਸਾਰੀ ਸਾਰੀ ਜਗ੍ਹਾ ਇਹ ਇਸੇ ਲਈ ਕੀਤੀ ਹੋਈ ਹੈ ਕਵਰ ਵੀ ਵਿੱਚ ਕੁਕਿੰਗ ਹੋ ਰਹੀ ਹੈ ਤਾਂ ਆਲੇ ਦੁਆਲੇ ਤੋਂ ਹਵਾ ਨਾ ਲੱਗੇ ਕਿਉਂਕਿ ਇੱਥੇ ਹਵਾ ਦਾ ਚੀਜ਼ ਕੀ ਬਣਤੀ ਹੈ ਜੀ ਇਹ ਕੀ ਬਣਾ ਰਹੇ ਹੋ ਗਾਏ ਕੇ ਲਈ ਖਾਣਾ ਬਣ ਰਹਾ ਹੈ ਗਾਏ ਗਾਂ ਲਈ ਖਾਣਾ ਬਣ ਰਿਹਾ ਜੀ ਆਈਡੀਆ ਆਹ ਖੇਤ ਨੇ ਜੀ ਇਹਨਾਂ ਦੇ ਛੋਟੇ ਛੋਟੇ ਹਾਂ ਦੇਖੋ ਖੇਤੀ ਕਰਦੇ ਇੱਥੇ ਇਹ ਛੋਟੇ ਛੋਟੇ ਜਿਹੇ ਖੇਤ ਉਹ ਇਹਨਾਂ 'ਤੇ ਜਗ੍ਹਾ 'ਤੇ ਪਹਾੜਾਂ ਦੀ ਰਾਣੀ ਆਲਟੋ ਦੇਖੋ ਇਹ ਲੈਦਰ ਦੇ ਕੱਪੜੇ ਹੈ ਜੀ ਪਿਓਰ ਲੈਦਰ ਹੈ ਇਹ ਸੁੱਕਣੇ ਪਾਏ ਹੋਏ ਨੇ ਪਿਓਰ ਲੈਦਰ ਦੇ ਕੱਪੜੇ ਨੇ ਯੂਜ਼ ਕਰਦੇ ਹੋਣਗੇ ਠੰਡ 'ਚ ਇਹ ਜੀ ਵੀ ਦੇਸੀ ਤੂਤੀਆਂ ਕਹਿ ਰਹੇ ਨੇ ਲੱਗੀਆਂ ਹੋਈਆਂ ਦੇਖੋ ਉਹਨੂੰ ਨੇੜੇ ਤੋਂ ਦਿਖਾਉਣਾ ਮੈਂ ਦਿਖਾਓ ਜੀ ਤੋੜ ਕੇ ਦਿਖਾਇਓ ਆਪਣੇ ਤੂਤੀਆਂ ਕਹਿੰਦੇ ਆ ਇਹ ਤਾਂ ਹੁਣ ਦੇਸੀ ਕੁਛ ਹੈਗਾ ਹੋਰ ਕੁਛ ਹੈ ਇਹ ਇੰਡੀਆ ਦਾ ਲਾਸਟ ਜਿਹੜਾ ਹੈਗਾ ਢਾਬਾ ਹੈ ਅਤੇ ਵੈਸੇ ਤਾਂ ਤੁਸੀਂ ਜਿਵੇਂ ਕਿ ਵੀਡੀਓ 'ਚ ਦੇਖ ਹੀ ਚੁੱਕੇ ਹੋਵੋਗੇ ਕਿ ਅਸੀਂ ਮੈਗੀ ਬਣਾ ਕੇ ਖਾ ਚੁੱਕੇ ਹਾਂ ਅਤੇ ਚਾਹ ਵੀ ਪੀ ਚੁੱਕੇ ਹਾਂ ਬਟ ਅਸੀਂ ਇਹ ਪਲੈਨ ਕਰ ਰਹੇ ਹਾਂ ਕਿ ਇਹ ਲਾਸਟ ਢਾਬਾ ਹੈ ਅਤੇ ਅਸੀਂ ਇੱਥੇ ਥੋੜ੍ਹਾ ਜਿਹਾ ਫੂਡ ਹੈ ਜਿਹੜਾ ਟੇਸਟ ਕਰੀਏ ਆਓ ਤੁਸੀਂ ਵੀ ਨਾਲ ਟੇਸਟ ਕਰਦੇ ਹਾਂ ਇਹੀ ਜੀ ਹਿੰਦੁਸਤਾਨ ਦਾ ਆਖਰੀ ਪੋਸਟ ਆਫਿਸ ਵੀ ਹੈਗਾ ਜਿਵੇਂ ਤੁਸੀਂ ਦੇਖ ਸਕਦੇ ਹੋ ਉਰੇ ਤੋਂ 100 ਮੀਟਰ ਦੂਰ ਹੈ ਅਤੇ ਢਾਬਾ ਤੁਸੀਂ ਦੇਖ ਚੁੱਕੇ ਹੋ ਨਾਲ ਨਾਲ ਤੁਹਾਨੂੰ ਇਹ ਦਿਖਾ ਤਾ ਆਖਰੀ ਪੋਸਟ ਆਫਿਸ ਹੁਣ ਆਪਾਂ ਢਾਬੇ ਚੱਲਦੇ ਹਾਂ ਥੋੜ੍ਹਾ ਫੂਡ ਔਡਰ ਕਰਦੇ ਹਾਂ ਉੱਥੇ ਜਾ ਕੇ ਦੇਖੋ ਇੱਥੇ ਵੀ ਲੱਗੀ ਹੋਈ ਹੈ ਫੋਟੋ ਖਲੀਜੀ ਦੀ ਹਿੰਦੁਸਤਾਨ ਕਾ ਆਖਰੀ ਢਾਬਾ ਇਹ ਰਸਤਾ ਜਾਂਦਾ ਜੀ ਢਾਬੇ ਨੂੰ ਨੀਚੇ ਪੌੜੀਆਂ ਉੱਤਰਦੀਆਂ ਨੇ ਇਹ ਪੌੜੀਆਂ ਨੀਚੇ ਉੱਤਰ ਕੇ ਢਾਬਾ ਹੈ
तो बोर्ड भी इतने लग्या हुआ वेलकम टू बसपा रिवर कैंप चितकुल इंडिया लास्ट विलेज। ये वैसे बसा वगैरह का स्टॉपेज है, खुली जगह इतने थोड़ी जी पार्किंग हो जाती है। तो आप चलते हम नीचे ढाबे च इतने फूड ऑर्डर करते आप हम जाके नीचे ढाबे का। देखो इतना उसे सिटिंग अरेजमेंट है बैठने का, जिमें बेंच लगे हुए ने इतने सारे। ये उपरों पौड़ियाँ चढ़ के नीचे उतरते हैं, इदा इतने अरेजमेंट है सारा बैठने का। इतने का फूड का टेस्ट कर सकते हो तुम बनाने से। देखो आ थाली है जी इतने इन्हें, दसो भाजी की है थाली चाजी है, दाल हैगी राजमा है, पर टेस्ट दसो भाजी करके नहीं चने है टेस्ट होने टेस्ट दसो कि तू पहले भाजी दाल बहुत गाढ़ी है ज्यादा गाड़ी है मसाले चार टेन चो फोर मार्क्स आई टेस्ट दे क्योंकि इस लोकेशन से फूड मिल जाए यही बहुत है जी। राजमा का टेस्ट भी दस दो, राजमा देसी घ्यो पूरा पाया हुआ जी, ता ही ठंड तो बचते हैं। राजमा किन्ने दें फिर दस चो? राजमा पांच देते जी, कड़ी नू भी दे दो फिर। कड़ी भी पांच मतलब कि जी फूड इतने थोड़ा 50% तुहाडे टेस्ट के अनुसार हैगा, खा सकते हो तुम वधिया फूड है। इन्नी हाइट तो थोड़ा मिल जाए, होर की चाहिए? चौल ओके हैं जी। बाकी इदा का सैटअप है जी, इधर ऑर्डर करना पैंता फिर थोड़ा इतने देंगे जी। अरे मिर्च रखी हुई है ये, नहीं पता हूँ मिठी है कि खट्टी है, टेस्ट मैं करके देखता। मिर्चा भुन के रखी हुई हैं कौड़िया ने, पर भाई खा तो लिया पर लिया पंगा ही है। जिहड़ा इत्थे आपां ने फूड खाधा जी, यह बड़ा रेट बड़ा वाजब है जी इन्हां दा। 100 रुपया प्लेट है पर परसन, जिहदे विच दाल सी, राजमा सी, ते अपने चने सी, कड़ी भी सी, ठीक है जी, पर परसन है। पर इहदे विच एक चीज़ है कि तुसीं इहनूं पवा किन्नी वार मर्जी सकदे हो, तुसीं चावल जिन्नी वार मर्जी पवा लो, दालां सब्जियां जिन्नी वार मर्जी पवा लो। ते फूड ठीक है जी, हाइट दे हिसाब नाल, दूरी दे हिसाब नाल फूड ठीक है, तो वधिया फूड है जी, मस्ट ट्राई। हिंदुस्तान का आखिरी ढाबा, तो एक्साइटमेंट भी थोड़ी होनी चाहिए, इतने आके मस्ट ट्राई करो, नज़ारे लाओगे जी, नाले ढिड भर जू, नाले रेट जाएगा। ये ना जी इतने की देखो इन्फॉर्मेशन है, बाउंड्रीज ने कितने कितने बोर्ड है, आप इतने हाँ ठीक है जी। तो इधर देखो इतों चितकुल नूं आए आपां, तो इधर उधर कल्पा डिस्ट्रिक्ट सी, तो आ एरिया सारा बॉर्डर है, सारा बॉर्डर एरिया, ठीक है। आ रिवर है देखो, ये सारे इतों जाते हैं बस, उस तो अगर सारा बॉर्डर ही है। ये इतों किलोमीटर किन्ना देख सकते हो तुम, किन्ना किलोमीटर एरिया दस्या हुआ सारा।